ਸੀ ਇਹਨਾਂ ਟੋਜਨ ਮੁਕਾਬਲੇ ਵੇਖਣ ਉਦੋਂ ਇਦਾਂ ਦੀਆਂ ਸੜਕਾਂ ਉਦਣ ਵੀ ਵੇਖੀਆਂ ਤੇ ਅੱਜ ਫੇਰ ਥੋੜੀ ਦਰਖਤ ਲੱਗੇ ਆ ਥੋੜੀ ਲੈ ਵੀ ਵੈਲਕਮ ਅੱਜ ਤੁਹਾਡਾ ਫੇਰ ਅੱਜ ਮੈਂ ਤੇ ਗੋਪੀ ਭਰਾ ਚੱਲੇ ਹਾਂ ਟੋਜਨ ਮੁਕਾਬਲੇ ਦੇਖਣ ਪਿੰਡ ਲਿੱਤਰਾਂ ਲਿੱਤਰਾਂ ਪੈ ਜਾਂਦਾ ਆਪਣੇ ਦੁਆਬੇ ਦੇ ਵਿੱਚ ਹੈ ਨਾ ਨਕੋਦਰ ਏਰੀਏ ਦੇ ਕੋਲ ਅਤੇ ਨਾਲ ਪੈਂਦਾ ਆ ਆਪਣਾ ਪਿੰਡ ਸ਼ੰਕਰ ਆਪਣੇ ਸਿੰਗਰ ਕੀ ਨਾਂ KS ਮੱਖਣ ਦਾ ਪਿੰਡ ਸ਼ੰਕਰ ਜਿਹੜਾ ਉਹਦੇ ਨਾਲ ਹੀ ਆ ਲਿੱਤਰਾਂ ਇੱਥੇ ਅੱਜ ਟੋਜਨ ਮੁਕਾਬਲੇ ਆ ਟਰੈਕਟਰਾਂ ਦੇ ਅੱਜ ਫਿਰ ਉਹ ਦੇਖਣ ਚੱਲੇ ਹਾਂ ਬਈ ਪਹੁੰਚ ਗਏ ਮਿੱਤਰੋ ਟੋਜਨ ਮੁਕਾਬਲੇ ਵੇਖਣ ਟੋਜਨ ਮੁਕਾਬਲੇ ਪਿੰਡ ਲਿੱਤਰਾਂ ਦੇ ਆਹ ਮੁੰਡਾ ਜਿੱਤਿਆ ਲੱਗਦਾ ਕੱਪ ਮਿਲ ਗਿਆ ਮਿਲ ਗਿਆ ਵੀਰੇ ਲੈ ਵੀ ਕੀ ਨਾਂ ਟਰੈਕਟਰ ਦਾ ਹੈ ਵੀਰੇ ਟਰੈਕਟਰ ਦਾ ਟਰੈਕਟਰ ਨਹੀਂ ਵੀਰੇ ਰੱਸਾ ਕੱਸੀ ਵਾਲਾ ਅੱਛਾ ਰੱਸਾ ਕੱਸੀ ਵਾਲਾ ਜਿਹਨੂੰ ਅੱਗ ਲੱਗ ਗਈ ਹੋ ਗਿਆ ਸਟਾਰਟ ਖਾਲਸਾ ਗਰੁੱਪ
ਮੇਲਾ ਕਿਦਾਂ ਲੱਗਾ ਸਾਰੇ ਜਾਣੇ ਦੱਸਿਓ ਅਸੀਂ ਗੱਲਾਂ ਕਰਦੇ ਕਰਦੇ ਪਿੰਡ ਵੀ ਪਹੁੰਚ ਗਏ ਹਾਂ ਸਵਾਦ ਆ ਗਿਆ ਉਦਾਂ ਸਾਨੂੰ ਤਾਂ ਉਦਾਂ ਆਪਾਂ ਅਸੀਂ ਗਏ ਥੋੜਾ ਜਿਹਾ ਜਦੋਂ ਐਂਡ ਜਿਹਦੇ ਰਹਿ ਗਏ ਸੀਗੇ ਮੈਚ ਉਦੋਂ ਤੇ ਆਪਣੇ ਭਾਊਆਂ ਦਾ ਸੀਗਾ ਉਹ ਝੋਟਾ ਟਰੈਕਟਰ ਜਿਹੜਾ ਉਹਨੇ ਜ਼ੋਰ ਤੋਂ ਬਹੁਤ ਮਾਰਿਆ ਉਹਦੀ ਟਰਬੋ ਪਾਟ ਗਈ ਸੀਗੀ ਟਰਬੋ ਪਾਟਣ ਤੋਂ ਬਾਅਦ ਵਿਚਾਰਾ ਫਿਰ ਲੰਗੜਾ ਹੋ ਗਿਆ ਕਹਿ ਲਓ ਹਨਾ ਟਰਬੋ ਪਾਟਣ ਤੋਂ ਬਾਅਦ ਜਿਹੜਾ ਜ਼ੋਰ ਮਾਰਿਆ ਇੱਕ ਉਹਨਾਂ ਦੇ ਗੇਅਰ ਦੂਜੇ ਤੋਂ ਤੀਜਾ ਨਹੀਂ ਲੱਗਾ ਨਹੀਂ ਤਾਂ ਉਹਦੀ ਨੰਬਰ ਪਹਿਲਾ ਸੀ ਜਿੰਨਾ ਜ਼ੋਰ ਉਹਨੇ ਮਾਰਿਆ ਵਿਦਆਊਟ ਟਰਬੋ ਦਾ ਫਸਮਾ ਪੀਚਾ ਸੀਗਾ ਫਸਮਾ ਹੀ ਪੂਰਾ ਪੀਚਾ ਸੀ ਪਿੰਡ ਲਿੱਤਰਾਂ ਵਾਲਿਆਂ ਦੇ ਗਏ ਸੀ ਅੱਜ ਜੇ ਗੱਲ ਬਣ ਗਈ ਅੱਜ ਗੱਡੀ ਲੈ ਆਉਣੀ ਆਪਾਂ ਨਹੀਂ ਪਹਿਲਾਂ ਟੈਸਟ ਡਰਾਈਵ ਵੀ ਲਵਾਂਗੇ ਜੇ ਪਸੰਦ ਆ ਗਈ ਗੱਡੀ ਲੈਣੀ ਆਪਾਂ ਸੈਕਿੰਡ ਹੈਂਡ ਕਿਉਂਕਿ ਉਹ ਗੱਡੀ ਨਵੀਂ ਆਉਂਦੀ ਨਹੀਂ ਆ ਉਹ ਗੱਡੀ ਆਉਂਦੀ ਸੈਕਿੰਡ ਹੈਂਡ ਹੀ ਆਉਂਦੀ ਬਸ ਲਗਜ਼ਰੀ ਗੱਡੀ ਆ ਤਾਂ ਕਰਕੇ ਕੰਪਨੀ ਨੇ ਬੰਦ ਕਰਤੀ ਨਵੀਂ ਬਣਾਉਣੀ ਗੱਡੀ ਬਹੁਤ ਵਧੀਆ ਸੀਗੀ ਦੋ ਗੱਡੀਆਂ ਆ ਦੋਵਾਂ 'ਚੋਂ ਜਿਹੜੀ ਪਸੰਦ ਆ ਗਈ ਆਪਾਂ ਚੱਕ ਲੈਣੀ ਆ ਠੀਕ ਹੈ ਕਿ ਨਹੀਂ ਅਤੇ ਓਫ ਰੋਡਿੰਗ ਵਾਲੀ ਗੱਡੀ ਆ ਉੱਥੇ ਓਫ ਰੋਡਿੰਗ ਕਰਨ ਜਾਇਆ ਕਰਨ ਬਾਕੀ ਉਹ ਆਉਂਦਾ ਆ ਅਤੇ ਫਿਰ ਚੱਲਦੇ ਹਾਂ ਹਜੇ ਇੱਕ ਬੰਦਾ ਆਪਾਂ ਪਿੰਡੋਂ ਵੀ ਚੱਕਣਾ ਆ ਇੱਕ ਗੱਡੀ ਉਹਦੇ ਕੋਲ ਖੜੀ ਆ ਇੱਕ ਉਹਦੇ ਦੋਸਤ ਕੋਲ ਖੜੀ ਆ ਲੈ ਵੀ ਪਿੰਡ ਸਲੇਮਪੁਰ ਨਾਲ ਗੋਪੀ ਗੋਪੀ ਨੇ ਅੱਜ ਟੋਰ ਪੂਰੀ ਗੱਡੀ ਇੱਕ ਬੰਦਾ ਹੁਣ ਹੋਰ ਚੱਕਣਾ ਸੀ ਜਿਹਨੇ ਸਾਨੂੰ ਗੱਡੀਆਂ ਦਿਖਾਉਣੀਆਂ ਆ ਕਿੱਥੇ ਆ ਰੈਂਗਲਰ ਦੇਖਣ ਚੱਲੇ ਉੱਥੇ ਨਾਲ ਘਰ ਦੇ ਮੂਹਰੇ ਜਾਣਾ ਕਿੱਥੇ ਸੱਦ ਲਈਏ ਜਿੱਥੇ ਮਰਜ਼ੀ ਸੱਦ ਲਾ ਇੱਧਰ ਹੁੰਦੀ ਦੋ ਰੈਂਗਲਰ ਦੇਖਣੀਆਂ ਆਫ ਰੋਡਿੰਗ ਵਾਲੀਆਂ ਉਹਨੂੰ ਕਿਹਾ ਤੁਸੀਂ ਆ ਤਿਆਰ ਹੀ ਰਹੀ ਕਿੱਥੇ ਆ ਘਰ ਉਹਦਾ ਪਰਲਾ ਘਰ ਨਹੀਂ ਨਹੀਂ ਜਾ ਉੱਧਰ ਦੀ ਹੁਣ ਇੱਧਰ ਦੀ ਤਾਂ ਫਿਰ ਇੱਥੇ ਆ ਹੋ ਜਾਂਦਾ ਇੱਥੇ ਆਉਂਦਾ ਹੁੰਦਾ ਉਹ ਕਿਉਂ ਜੇ ਉੱਧਰ ਦੀ ਜਾ ਨਹੀਂ ਹੁੰਦਾ ਉੱਧਰ ਦੀ ਸੜਕ ਹੈ ਨਹੀਂ ਗੀ ਲੈ ਦੂਜਾ ਬੰਦਾ ਵੀ ਚੱਕ ਲਿਆ ਆਪਾਂ ਹੋਰ ਕਿੱਦਾਂ ਠੀਕ ਠਾਕ ਅੱਛਾ ਹੁਣ ਦੱਸ ਕਿੱਧਰ ਨੂੰ ਜਾਣਾ ਸਮਤਪੁਰ ਜਾਣਾ ਸਮਤਪੁਰ ਖੜੀ ਸਮਤਪੁਰ ਤੇ ਦੂਜੀ ਗੱਡੀ ਜਿਹੜੀ ਆ ਰੈਂਗਲਰ ਉਹ ਕਿੱਥੇ ਖੜੀ ਆ ਉਹ ਹੈ ਨਹੀਂ ਅੱਜ ਉਹ ਹੈ ਨਹੀਂ ਆ ਇਹ ਜਿਹੜੀ ਤੁਹਾਡੇ ਵਾਲੀ ਕਿ ਹੋਰ ਕਿਸੇ ਵਾਲੀ ਆਪਣੀ ਆ ਭਾਜੀ ਅੱਛਾ ਇਹ ਉੱਥੇ ਖੜੀ ਆ ਹੋਰ ਕਿੱਦਾਂ ਸਮਤਪੁਰ ਉਹ ਕਿੱਥੇ ਆ ਕੋਕੋ ਯਾਰ ਉਹ ਸਮਤਪੁਰ ਦੇ ਡਾਊਨ ਨੂੰ ਫੋਨ ਕਰ ਦਈਏ ਹਾਂ ਚਲੀਏ ਬਾਹਰ ਲੈ ਵੀ ਪਹੁੰਚ ਗਏ ਟਿਕਾਣੇ ਤੇ ਆਪਣੀ ਗੱਡੀ ਲੈ ਕੇ ਓ ਹੋ ਪੂਰਾ ਦੇਖ ਇੱਧਰ ਟਾਇਰ ਦੇਖੀ ਮਾੜਾ ਜਿਹਾ ਇੱਧਰ ਹੁੰਦਾ ਤਾਂ ਗੜੱਪ ਵਿੱਚ ਜਾਣੀ ਸਿੱਧੀ ਇਹ ਹੈਗਾ ਪਿੰਡ ਸਮਸਤਪੁਰ ਇੱਥੇ ਰੈਂਗਲਰ ਖੜੀ ਹੈ ਇੱਕ ਉਹ ਵੇਖਣਾ ਹੈ ਕਾਲੀ ਗੱਡੀ ਦਾ ਪੰਗਾ ਹੀ ਹੈ ਯਾਰ ਕਾਲੀ ਗੱਡੀ ਗੰਦੀ ਬਹੁਤ ਹੁੰਦੀ ਆ ਜਿਹੜੀ ਆਪਾਂ ਰੈਂਗਲਰ ਦੇਖਣਾ ਕਿੱਧਰ ਗਈ ਉਹ ਅੱਜ ਦੂਰ ਗਈ ਹੈ ਖਾਲੀ ਹੱਥੀ ਮੁੜ ਚੱਲੇ ਯਾਰ ਯਾਰ ਮੈਂ ਕਿਹਾ ਫਿਰ ਡਾਊਨ ਨੇ ਸਾਨੂੰ ਘੇਰ ਲਿਆ ਸਾਰ ਲਾ ਕੇ ਅੱਗੇ ਹੈ ਡਾਊਨ ਸਾਹਿਬ ਹੋਰ ਕਿੱਦਾਂ ਗਗਨ ਥਾਰ ਤੇ ਗੇੜੀਆਂ ਮਾਰਦਾ ਹੈ ਹੋਰ ਠੀਕ ਠਾਕ ਵਧੀਆ ਵਧੀਆ ਠੀਕ 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 ਆ ਕਿੱਦਾਂ ਵਧੀਆ ਠੀਕ ਆ ਆ ਜਾ ਚੱਲੀਏ ਕਿੱਧਰ ਨੂੰ ਚੱਲੇ ਘਰ ਨੂੰ ਚੱਲੇ ਜਾਓ ਜਾਓ ਘਰ ਨੂੰ ਚਲੋ ਫਿਰ ਜਾਓ ਫਿਰ ਤੁਸੀਂ ਮਿਲਦੇ ਠੀਕ ਹੈ ਬਾਏ ਬਾਏ ਓਕੇ ਓਕੇ ਬਾਏ ਬਾਏ
ਹੋਰ ਕਿੱਦਾਂ? ਵਧੀਆ ਵਧੀਆ ਵਧੀਆ, ਤੁਸੀਂ ਸੁਣਾਓ ਭਾਜੀ ਕਿੱਦਾਂ? ਲੈ ਕੁੱਤਾ ਵੀ ਨਾਲ ਲਈ ਫਿਰਦਾ, ਇਹ ਆਪਣਾ ਪੁਰਾਣਾ ਹਵੇਲੀ, ਇਹ ਵੀ ਜੀਪਾਂ ਦਾ ਸ਼ਿਕਾਰੀ ਹੁੰਦਾ ਸੀ ਹੈਂ। ਇਹਨੂੰ ਕਰੇ ਦੀ ਫੋਟੋ ਇਹਦਾ। ਆ ਵੇ ਪਛਾਣਾ ਕੌਣ ਆ? ਓ ਮਹਾਰਾਜ ਜੀ, ਮਹਾਰਾਜ ਲਿੱਦਣ ਵਾਲਿਓ ਕਿੱਦਾਂ? ਕਿੱਦਾਂ ਬਿੰਦੀ ਵੀਰ? ਪਿੰਡ ਗਏ ਸੀ ਆਪਾਂ ਪਹਿਲੋਂ ਸਮਸਤਪੁਰ, ਹੁਣ ਆ ਗਏ ਆਪਾਂ ਕਿਹੜਾ ਪਿੰਡ? ਰਾਪੁਰ ਬੱਲਾਂ। ਬੱਲਾਂ ਤੋਂ ਬਾਅਦ ਹੁਣ ਮੰਨਣਾ। ਮੰਨਣਾ ਆਪਾਂ ਕੀ ਕਰਨਾ? ਗੱਡੀ ਦੇ ਉੱਥੇ ਵੀ ਰੈਂਗਲਰ ਆ। ਸਾਰੀ ਨਹਿਰ ਸੁੱਕੀ। ਕਿੱਧਰ ਨੂੰ ਜਾਣਾ ਆਪਾਂ? ਇਹਦੇ ਮੰਨਣ ਰਹਿੰਦੇ ਹਨ ਨਾ ਜ਼ਿਆਦਾ। ਆਹ ਵਾਹ ਵੀ ਮੰਨਣ ਸਾਰੇ ਮਨਾਉਂਦੇ, ਤਾਂ ਹੀ ਪਿੰਡ ਦਾ ਨਾਮ ਮੰਨਣ। ਛੇਤੀ ਮੰਨ ਗਏ, ਛੇਤੀ ਮੰਨ ਜਾਂਦੇ। ਬੰਦ ਕਿੱਥੇ ਆ? ਅੱਛਾ ਇੱਥੇ ਆਏ ਸੀ ਆਪਾਂ, ਐਤਵਾਰ ਆ ਯਾਰ, ਸੰਡੇ ਕਰਕੇ ਬੰਦ। ਬਿੱਟੂ ਬਿੱਟੂ ਚੰਗਾ ਫਿਰ ਸਿੱਧੇ ਕੱਢ ਦਵਾਂ। ਨਿਆਣੇ ਨਿੱਕੇ ਨਿੱਕੇ ਬਾਲਣ ਇਕੱਠਾ ਕਰਨ ਦੇ ਆ। ਕਿੱਥੇ ਕਿੱਥੇ ਧੱਕੇ ਖਾ ਕੇ ਆ ਗਏ ਆ ਤੇ ਗੱਡੀ ਤੇ ਲੱਭੀ ਨਹੀਂ ਆ। ਹੁਣ ਕੱਲ ਤੇ ਪੈ ਗਈ ਗੇਮ, ਐਤਵਾਰ ਨੂੰ ਕੋਈ ਕੰਮ ਨਹੀਂ ਹੁੰਦਾ ਹੁੰਦਾ ਯਾਰ। ਇਹਨੇ ਵੀ ਫੋਨ ਨਹੀਂ ਨਾ ਕੀਤਾ ਸੀ ਪਹਿਲਾਂ, ਹੈ ਨਾ? ਉਹਦੇ ਚੱਲ ਗਏ ਸਿੱਧੇ, ਤਾਂ ਹੀ ਕੰਮ ਖਰਾਬ ਹੋਇਆ।